ਇਹ ਵੀ 43 ਇੰਚ ਦੀ ਬੱਕਰੀ ਹੈਗੀ, ਇੱਕ ਵਾਰ ਸੂਈ ਆ ਜੀ। ਕਈ ਅਣਜਾਣ ਬੰਦੇ ਹੁੰਦੇ ਨੇ ਦੇਖ, ਉਹਨੂੰ ਤਾਂ ਹੁੰਦੀਆਂ ਨੀ ਹੈਗੀਆਂ ਤਿਆਰ, ਕਈ ਵਾਰ ਤਾਂ ਇੱਕ ਤਾਂ ਮੇਨ ਦਾ ਬਲੱਡ ਨੇ ਜ਼ੋਰ ਮਾਰਨਾ, ਖੂਨ ਵਧੀਆ ਹੋਊਗਾ, ਠੀਕ ਹੈ, ਉਹਨੇ ਆਟੋਮੈਟਿਕ ਕਰਨਾ, ਇਹਨਾਂ ਨੂੰ ਕੋਈ ਸਪੈਸ਼ਲ ਡਾਇਟ ਨੀ ਪਾਈ। ਬਾਈ ਕਹਿੰਦਾ ਵੀ ਇਹ ਪਾਕਿਸਤਾਨ 'ਚ ਜ਼ਿਆਦਾ ਆਪਣੇ ਥੋੜ੍ਹਾ ਰਹਿ ਗਿਆ, ਕਲਰ ਹੈਗਾ ਬਹੁਤ ਘੱਟ ਆ ਬਾਈ, ਰੇਅਰ ਕਲਰ ਆ। ਡੱਬੀਆਂ ਆਪਣੇ ਜਿਵੇਂ ਆਮ ਦੂਜੀਆਂ ਡੱਬੀਆਂ ਵਾ ਉਹ ਪਿੱਛੇ ਖੜੀਆਂ, ਉਵੇਂ ਦੀਆਂ ਡੱਬੀਆਂ ਬਹੁਤ ਨੇ। ਪਰ ਕਿਉਂ ਬਈ ਨਾਗਣੀ ਵੀ ਇਹ? ਬਿਲਕੁਲ ਬਾਈ, ਕਿਉਂ ਰੱਖਿਆ ਬਈ ਇਹ ਨਾਮ ਇਹ ਨਾਗਣੀ? ਬਾਈ ਆਪਣੇ ਮਿੱਤਰ ਆ ਇੱਕ ਪਿੰਦੀ ਸਿੱਧੂ, ਹਾਂ ਇੱਕ ਤਾਂ ਮੋਦੀ ਆ ਬਾਈ, ਆ ਫੜ ਲਈ ਮੋਦੀ, ਆਪਾਂ ਇਹ ਮੋਦੀ ਨੂੰ ਤਾਂ ਬਈ ਕੰਨ ਤੋਂ ਫੜ ਲਾਂਗੇ ਆ ਜਾ। ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰ ਦਿਆਂਗੇ ਜਿਹੜਾ ਤੁਸੀਂ ਸਾਡੇ ਯੂਟਿਊਬ ਚੈਨਲ ਇਲਤੀ ਲਾਣਾ ਧੂਰੀ ਨੂੰ ਇੰਨਾ ਪਿਆਰ ਦੇ ਰਹੇ ਹੋਗੇ, ਅਤੇ ਇੱਕ ਕਮੈਂਟ ਜ਼ਰੂਰ ਕਰ ਦਿਓ ਸਾਡੇ ਲਈ ਵੀ, ਤੁਹਾਨੂੰ ਸਾਡੀਆਂ ਵੀਡੀਓ ਜਿਹੜੇ ਅਸੀਂ ਤੁਹਾਡੇ ਲਈ ਤਿਆਰ ਕਰ ਦਿਆਂਗੇ ਕਿਵੇਂ ਹੁੰਦੀਆਂ ਨੇ, ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਅਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਈ ਜੀ ਬਾਬਾ ਗੋਟ ਫਾਰਮ ਵਾਲਿਆਂ ਕੋਲ। ਇਹ ਬਾਈ ਜੀ ਨਾ ਬੱਕਰੀ ਨੂੰ ਚਾਰਦੇ ਨੇ, ਜਾਣੀ ਕਿ ਆਜੜੀ ਨੇ, ਦੇਖਿਆ ਜਾਵੇ ਤਾਂ ਆਜੜੀ ਨੇ। ਵੀਰਾਂ ਨੇ ਨਾ ਪੱਠਾਂ ਤਿਆਰ ਕਰੀਆਂ ਹੋਈਆਂ ਨੇ, ਤੁਹਾਨੂੰ ਪੱਠਾਂ ਦਿਖਾਉਣੇ ਆ ਵੀ ਪੰਜਾਬ ਦੀ ਬਰੀਡ ਹੈ ਜਿਹੜੀ ਬੀਟਲ ਬਰੀਡ ਕਿੱਦਾਂ ਦੀ ਹੁੰਦੀ, ਅਸਲੀ ਬਰੀਡ ਤੁਹਾਨੂੰ ਦਿਖਾਵਾਂਗੇ ਬਾਈ ਜੀ। ਇੱਕ ਤੋਂ ਇੱਕ ਟੋਪ ਕੁਆਲਿਟੀ ਦੀ ਪੱਠ ਤਿਆਰ ਕਰੀ ਹੋਈ ਹੈ, ਪੁਰਾਣਾ ਕੰਮ ਆ ਵੀਰ ਦਾ। ਅਤੇ ਆ ਜਾਓ ਤੁਹਾਨੂੰ ਦਿਖਾਵਾਂਗੇ ਕਾਲੀਆਂ ਕਾਲੀਆਂ ਪੱਠਾਂ, ਜੈੱਡ ਬਲੈਕ ਜਮਾ ਨਾ, ਕੁਆਲਿਟੀ ਇੱਕ ਨੰਬਰ ਹੋਊਗੀ। ਆਹ ਦਿਖਾ ਦਿਓ ਗੁਰਪ੍ਰੀਤ, ਨਾ ਸੁੱਤੀ ਪਈ ਆ ਬੱਕਰੀ ਨਾ, ਇੱਦਾਂ ਦੇ ਕੰਨ ਹੋਣਗੇ ਬਾਈ ਜੀ ਜਿਹੜੀ ਅਸਲੀ ਬਰੀਡ ਹੁੰਦੀ ਹੈਗੀ। ਚਲੋ ਆ ਜਾਓ ਗੱਲਬਾਤ ਕਰ ਦਿਆਂਗੇ ਬਾਈ ਕਾਲੇ ਬਾਈ ਨਾਲ ਅਤੇ ਬੱਬੂ ਬਾਈ ਦੇ ਨਾਲ, ਆ ਜਾਓ। ਲੈ ਵੀ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਆਹ ਬਾਈ ਨਾਲ ਗੱਲਬਾਤ ਕਰਾਂਗੇ ਨਾ, ਕਾਲੇ ਬਾਈ ਨਾਲ ਤਾਂ ਆਪਾਂ ਗੱਲਬਾਤ ਕਰਦੇ ਰਹੇ, ਬੱਬੂ ਬਾਈ ਨਾਲ ਗੱਲਬਾਤ ਕਰਾਂ। ਕਾਲਾ ਵੀ ਉਰੀ ਹੈਗਾ, ਆ ਜਾ ਕਾਲੇ, ਤੂੰ ਵੀ ਆ ਜਾ ਬਾਈ। ਕੀ ਹਾਲ ਨੇ ਬਾਈ ਬੱਬੂ? ਵਧੀਆ ਬਾਈ, ਠੀਕ ਠਾਕ? ਕਿਵੇਂ ਚੱਲਦਾ ਕੰਮ ਕਾਰ? ਸ਼ੁਕਰਾਨਾ ਕਰਦੇ। ਇਹਦਾ ਕੰਮ ਹੈਗਾ ਬਾਈ ਜੀ ਬਾਹਰ ਬੱਕਰੀਆਂ ਚਾਰਨ ਦਾ, ਤੇ ਕਾਲੇ ਬਾਈ ਦਾ ਕੰਮ ਹੈਗਾ ਘਰੇ ਫਾਰਮ ਦੀ ਸਾਫ਼ ਸਫਾਈ ਕਰਨ ਦਾ। ਇਹਨਾਂ ਨੇ ਕੰਮ ਵੰਡੇ ਹੋਏ ਨੇ ਦੋਨੇ। ਨਹੀਂ ਸਾਰੇ ਇਕੱਠੇ ਹੀ ਕਰਦੇ। ਹਾਂਜੀ, ਕੋਈ ਚੱਕਰ ਨਹੀਂ। ਕਿਵੇਂ ਚੱਲਦਾ ਕੰਮ ਕਾਰ? ਵਧੀਆ। ਹੋਰ ਕਾਲੇ ਕੀ ਹਾਲ ਚਾਲ ਨੇ ਵੀਰੇ? ਸਤਿ ਸ਼੍ਰੀ ਅਕਾਲ ਸਾਰੇ ਵੀਰਾਂ, ਸਤਿ ਸ਼੍ਰੀ ਅਕਾਲ ਬਾਈ ਜੀ। ਕਿੰਨੀਆਂ ਬੱਕਰੀਆਂ ਹੋ ਗਈਆਂ ਆਪਣੇ ਕੋਲੇ ਹੁਣ? ਆਪਣੇ ਕੋਲ ਟੋਟਲ ਨਾਗ ਹੈਗੇ ਬਈ 60-70 ਨਾਗ ਘਟਾ ਤੇ। ਲੈ ਵੀ 60-70 ਨਾਗ ਹੋ ਗਏ ਘਟਾ ਤੇ ਹਜੇ? ਹਾਂ ਘਟਾ ਤੇ। ਠੀਕ ਆ। ਪਹਿਲਾਂ ਸੀਗਾ ਜਦੋਂ ਪਹਿਲਾਂ ਵੀਡੀਓ ਬਣਾਈ ਸੀ ਆਪਣੇ 100+ ਸੀਗੇ ਜਾਨਵਰ ਉਦੋਂ। ਠੀਕ ਹੈ ਜੀ, ਘਟਾ ਤੇ ਕਾਫੀ ਜਾਨਵਰ। ਲੈ ਵੀ ਤੁਹਾਨੂੰ ਬੱਕਰੀਆਂ ਦਿਖਾਵਾਂਗੇ ਟੋਪ ਕੁਆਲਿਟੀ ਦੀਆਂ ਬੱਕਰੀਆਂ ਹੋਣਗੀਆਂ ਹੈ ਨਾ। ਅਤੇ ਆਪਣਾ ਕੰਮ ਹੈਗਾ ਮੇਨ ਚਾਰਨ ਦਾ ਜੀ, ਹੈ ਨਾ ਬੱਬੂ ਬਾਈ? ਹਾਂ ਬਾਈ। ਕਿੰਨਾ ਕੁ ਔਖਾ ਹੁਣ ਤੂੰ ਅੱਜ ਵੀਡੀਓ ਕਰਨਾ? ਹਵਾ ਦੇ ਲੈ ਕਿਹੜੇ ਹਿਸਾਬ ਨਾਲ ਅੱਗ ਪੈ ਰਹੀ ਆ, ਪੂਰੀ ਅੱਗ ਪੈਂਦੀ ਹੈਗੀ ਨਾ ਕੁਛ ਬਾਈ ਜੀ। ਹੁਣ ਹੋ ਕੇ ਜਿਹੜੇ ਵਾਹਣ ਖਾਲੀ ਹੈ ਨਾ, ਤਾਂ ਕਰਕੇ ਥੋੜ੍ਹੀ ਜਿਹੀ ਨਾ ਗਰਮੈਸ ਵੱਧ ਜਾਂਦੀ ਹੁੰਦੀ ਹੈ, ਜੀਰੀ ਦਾ ਟਾਈਮ ਆ ਗਾ, ਅੱਗ ਲਾਈ ਕਰਕੇ ਕੁਛ ਹੁਣ ਗਰਮੀ ਵਧਣੀ ਹੈ ਬਾਈ ਤੈਨੂੰ। ਕਿੰਨਾ ਟਾਈਮ ਹੋ ਗਿਆ ਬਾਈ ਉਹ ਕਰਦੇ ਨੂੰ? ਚਾਰ ਦਿਨ ਤੈਨੂੰ ਤਾਂ? ਮੈਨੂੰ ਤਾਂ 4 ਸਾਲ ਹੀ ਹੋਏ। 4 ਸਾਲ ਹੀ ਹੋਏ ਨੇ? ਪਹਿਲਾਂ ਡੈਡੀ ਹੋਣੀ ਸੀ, ਡੈਡੀ ਲੱਗਣੀ ਸੀ ਜਿੰਦਾ। ਠੀਕ ਆ। ਜਾਂ ਫਿਰ ਪੰਨਾ ਉਸਤਾਦ ਆਪਣਾ, ਪੰਨਾ ਉਸਤਾਦ ਉਹ ਬੈਠਾ ਪੰਨਾ, ਪੰਨੇ ਗਣੀ ਵੀ ਮਾਰ ਦਿੰਦੀ ਗਾ। ਪੰਨੇ ਹੈਲੋ ਕਰਦੇ ਇੱਕ ਵਾਰ। ਇਹ ਪੰਨਾ ਬਾਈ ਹੈਗਾ, ਇਕੱਠੇ ਹੁੰਦੇ ਨੇ ਸਾਰੇ, ਆ ਜਾਓ ਉੱਧਰ ਨੂੰ ਆ ਜਾਓ। ਤੁਸੀਂ ਆਏ ਹੁੰਦੇ ਹੋ? ਤਿੰਨ ਬੰਦੇ ਹੁੰਦੇ ਹੋ? ਦੋ ਵੀ ਰਹਿ ਜਾਂਦੇ, ਇਕੱਲਾ ਵੀ ਰਹਿ ਜਾਂਦਾ ਨਾ। ਸਹੀ ਗੱਲ ਹੈ ਬਈ। ਅਤੇ ਆਪਾਂ ਅੱਜ ਬਾਈ ਜੀ ਪੱਠਾਂ ਦਿਖਾਉਣੀਆਂ ਨੇ ਬੱਬੂ। ਕੋਈ ਚੱਕਰ ਨਹੀਂ ਬਾਈ, ਠੀਕ ਆ। ਚੱਲ ਤੂੰ ਮਾੜਾ ਜਿਹਾ ਹੌਲੀ ਬੋਲਦਾ, ਤੂੰ ਕਾਲੇ ਨਾਲ ਗੱਲਬਾਤ ਕਰਦੇ ਆਏ ਕਾਲੇ, ਤੂੰ ਆਇਆ ਦਿਖਾ ਬਈ ਕਾਲੇ ਪੱਠਾ ਹੈ ਨਾ। ਪਹਿਲਾਂ ਤਾਂ ਆਹੀ ਆਪਾਂ ਦਿਖਾਉਂਦੇ ਹਾਂ ਬਾਈ, ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਈਆਂ ਹੋਈਆਂ। ਅੱਛਾ, ਪੱਠਾ ਹੈ? ਹਾਂ ਆਪਾਂ ਇੱਕ ਵਾਰ ਹੀ ਸੂਈ ਆ ਬਾਈ। ਅੱਛਾ, ਇੱਕ ਵਾਰ ਸੂਈ ਆ, ਦੂਜੀ ਵਾਰ ਗੱਬਣ। ਲੈ ਵੀ ਬੱਕਰੀ ਦੇਖੋ, ਬੱਕਰੀ ਕਹਿ ਸਕਦੇ ਆਪਾਂ। ਹਾਂ ਲੈ ਵੀ ਦੰਦ ਪੂਰੇ ਹੋ ਗਏ, ਪੂਰੇ ਦੰਦ ਹੋ ਗਏ ਬਾਈ ਹੈ ਨਾ।
ਕਿੰਨੇ ਇੰਚ ਦੀ ਆ ਬਾਈ ਇਹ? 43 ਵੀਰੇ, ਇਹ ਵੀ 43 ਇੰਚ ਦੀ ਬੱਕਰੀ ਹੈਗੀ, ਇੱਕ ਵਾਰ ਸੂਈ ਆ ਹਜੇ, ਹੁਣ ਦੂਜੀ ਵਾਰ ਕੁਆਲਿਟੀ ਦੇਖ ਸਕਦੇ ਕੀ ਆਇਆ ਸੀ ਪਹਿਲਾਂ ਬਾਈ ਕਿਹੜੇ ਸੂਏ? ਪਹਿਲੇ ਪੱਠ ਤੇ ਬੱਕਰਾ ਸੀ, ਪੱਠ ਤੇ ਬੱਕਰਾ ਦੋ ਬੱਚੇ ਦਿੰਦੇ ਆਪਣੇ ਪਹਿਲੇ ਸੂਏ? ਜ਼ਿਆਦਾਤਰ ਚਾਰ ਵੀ ਦੇ ਦਿੰਦੀਆਂ ਬਾਈ, ਚਾਰ ਵੀ ਦੇ ਦਿੰਦੀਆਂ, ਚਾਰ ਬੱਚੇ ਵੀ ਆਇਆ ਪਹਿਲੀ ਵਾਰ ਪੱਠਾਂ ਦੇ। ਠੀਕ ਆ ਜੀ, ਤੇ ਇਹ ਤਾਂ ਕੁਦਰਤ ਦੇ ਹੱਥ ਆ, ਇਹਨੇ ਦੋ ਦਿੱਤੇ ਸੀ, ਏਡੀ ਵੱਡੀ ਪੱਠ ਸੀ, ਇਹ ਦੋ ਅੱਧੀ ਪੱਠ ਸੀ, ਉਹਨੇ ਚਾਰ ਬੱਚੇ, ਚਾਰ ਇਹ ਕੁਦਰਤ ਆ ਨਾ, ਕੁਦਰਤ ਕੁਛ ਵੀ ਹੋ ਸਕਦਾ, ਯਾਨੀ ਕਿ ਆਪਣੀ ਗਰੰਟੀ ਕੁਛ ਨਹੀਂ ਹੈਗੀ ਨਾ। ਬਾਈ ਦੇਖ ਸਕਦੇ ਹੋ, ਪੈਰ ਦਿਖਾ ਦਿਓ ਗੁਰਪ੍ਰੀਤ, ਸਮਾਰ ਕੇ ਦੇਖ ਸਕਦੇ ਹੋ ਨਾ, ਮੋਟੇ ਹੱਡੀ ਦੀ ਆ ਪੂਰੇ। ਦੁੱਧ ਕਿੰਨਾ ਕਾ ਵੀ ਪਹਿਲੇ ਸੂਏ ਥੱਲੇ? ਦੁੱਧ ਪਹਿਲੇ ਸੂਏ ਬਾਈ ਇਹਨੇ 3 ਕੁ ਲੀਟਰ ਕੱਢਿਆ ਸੀਗਾ ਦੋਨੇ ਟਾਈਮਾਂ, 3.5 ਲੀਟਰ ਵਾਸਤੇ, 3.75 ਲੀਟਰ ਦੁੱਧ ਦਾ ਕੱਢਿਆ ਹੈਗਾ। ਗੇੜਾ ਦਵਾਈ ਮਾੜਾ ਜਿਹਾ ਇਹਨੂੰ, ਲੈ ਦੇਖ ਸਕਦੇ ਹੋ ਬਾਈ, ਹੁਣ ਦੁਬਾਰੇ ਗੱਬਣਾ ਕਿ ਨਾ? ਇਹ ਹੁਣ ਗੱਬਣਾ ਬਾਈ, ਹੁਣ ਦੁਬਾਰੇ ਗੱਬਣਾ ਨਾ। ਠੀਕ ਆ, ਆ ਜਾਓ ਬਾਈ, ਹੋਰ ਦਿਖਾਈਏ ਬਾਈ ਮਾਗਰ ਦੀ ਮਾਗਰ। ਬਾਈ ਬੱਕਰੀਆਂ ਬਹੁਤ ਨੇ, ਪੱਠਾਂ ਬਹੁਤ ਨੇ, ਠੀਕ ਹੈ ਜੀ, ਸਾਰਾ ਕੁਝ ਦਿਖਾਵਾਂਗੇ, ਹਰੇਕ ਕਲਰ ਦੀ, ਹਰੇਕ ਕਲਰ ਦੀ ਇੱਥੇ ਬੱਕਰੀ ਮਿਲੂਗੀ, ਪੱਠ ਮਿਲੂਗੀ। ਆਹ ਜਿਹੜਾ ਬੋ ਬਾਈ ਆਪਾਂ ਵੇਚਿਆ ਉਹਦੀਆਂ ਪੱਠਾਂ ਨੇ। ਅੱਛਾ, ਇਹ ਹੁਣ ਤਿਆਰ ਕਰਦੇ ਹਾਂ, ਇਹ ਵੀ ਬੋ ਬੱਕਰਾ ਸੀ, ਉਹਦੀ ਪੱਠ ਆ, ਇਹ ਦੇਖ ਸਕਦੇ ਹੋ ਕਿੰਨੇ ਮਹੀਨਿਆਂ ਦੀ ਹੋ ਗਈ ਬਾਈ ਇਹ? ਇਹ ਬਾਈ ਹੋ ਗਈ 2 ਦੰਦ, ਇਹ ਵੀ 2 ਦੰਦ ਹੋ ਗਏ, ਹਾਂ 2 ਦੰਦ ਕੱਢ ਗਈ ਹੈ। ਇਹਨੇ ਹਾਈਟ ਨਹੀਂ ਕਰੀ ਉਹਨੇ, ਗੱਲ ਕੀ ਹੋ ਗਈ? ਕਰ ਜੂ ਬਾਈ, ਕਰ ਜੂਗੀ, ਹਾਂ ਸਤੰਬਰ ਤੱਕ ਇਹਨੇ ਆਰਾਮ ਨਾਲ 38-39 ਇੰਚ ਕੱਦ ਕਰ, 38-39 ਇੰਚ। ਕਿੰਨੇ ਦੰਦ ਲਵਾਓਗੇ ਇਹ? ਇਹ ਬਾਈ 4 ਦੰਦ ਤੇ ਲਵਾਵਾਂਗੇ, 2 ਦੰਦ ਹੋ ਗਈ, ਸਤੰਬਰ ਦੇ ਵਿੱਚ ਕਰਾਉਣੀ ਹੈ ਕ੍ਰੋਸ। ਅੱਛਾ, ਹਾਂ ਠੀਕ ਆ, ਸਤੰਬਰ ਦੇ ਵਿੱਚ ਕਰਾਉਣੀ ਹੈ, ਜਦ ਤੱਕ ਇਹਨੇ ਆਰਾਮ ਨਾਲ 38-39 ਇੰਚ ਕਰ ਜਾਣਾ, ਯਾਨੀ ਜੇ 8 ਦੰਦ ਤੱਕ ਗੱਲ ਕਰੀਏ ਤਾਂ 40 ਇੰਚ ਤੱਕ ਆਰਾਮ ਨਾਲ ਚੱਲੇ ਜਾਣਾ, 40 ਇੰਚ ਤੱਕ ਪਾਓ ਜੀ ਆਰਾਮ ਨਾਲ। ਬਾਅਦ 'ਚ ਕਰਦੀ ਆ ਪੱਠ ਕੱਦ ਯਾਰ ਬਾਈ, ਕਈ ਦਾ ਅੱਡ ਅੱਡ ਨੇਚਰ ਹੁੰਦਾ ਪੱਠਾਂ ਦਾ, ਹਨਾ, ਕਈ ਜਿਹੜੇ ਪਹਿਲਾਂ ਗਰੋਥ ਕਰ ਜਾਂਦੇ ਨੇ, ਕਈ ਪੱਠਾਂ ਹੋਰ ਵੀ ਹੈਗੀਆਂ ਜਿਵੇਂ ਉਹ ਆ, ਉਹ ਵੀ ਇਹਨਾਂ ਹਾਣ ਦੀ ਹੋਈ ਆ, ਉਹ ਜ਼ਿਆਦਾ ਘੱਟੋ ਘੱਟ ਹੁਣ ਹੋਊ 38 ਇੰਚ ਦੀ। ਅੱਛਾ, ਤੇ ਕਈ ਜਾਨਵਰ ਆ ਜਿਹੜੇ ਬਾਅਦ ਦੇ ਵਿੱਚ ਵੱਧਦੇ ਆ, ਯਾਨੀ ਹੁਣ ਆਪਣੇ ਕੋਲ ਦਾ ਨੇਚਰ ਆ, ਹੁਣ 5-6 ਮਹੀਨੇ ਹੈਗੇ ਆਪਣੇ ਕੋਲੇ ਜਾਨੂੰ ਸਤੰਬਰ ਦੇ ਵਿੱਚ ਕ੍ਰੋਸ ਕਰਾਉਣੀ ਆ, ਜਾਨੂੰ 37-38-38-39 ਇੰਚ 37-38 ਹੋ ਜੂ, ਬਹੁਤ ਹੋਊਗਾ ਨਾ ਉਹਦਾ। ਲੈ ਵੀ ਆ ਜਾਓ, ਹੋਰ ਦਿਖਾ ਦਈਏ ਬਾਈ ਮਗਰ ਦੀ ਮਗਰ, ਆ ਜਾਓ ਬਾਈ। ਲੈ ਵੀ ਮਿੱਤਰੋ, 2 ਪੱਠਾਂ ਹੋਰ ਦਿਖਾਉਣਾ ਤੁਹਾਨੂੰ ਹੁਣ, ਆਹ ਪੱਠਾ ਬਾਈ ਇਹ ਵੀ ਬੋ ਦੀ ਆ। ਅੱਛਾ, ਤੇ ਇਹ ਜਿਹੜੀ ਪਹਿਲਾਂ ਪੂਰੀ ਦਿਖਾਈ ਆ ਉਹਦੇ ਨਾਲ ਉੱਚੀ ਆ, ਹੈ ਸੇਮ ਏਜ ਦੀਆਂ ਹੀ ਆ, ਇਹ ਵੀ 2 ਦੰਦ ਹੋ ਗਈ ਹੈ। ਲੈ ਵੀ ਇਹ ਆਪਣਾ ਜਿਹੜਾ ਬੋ ਬੱਕਰਾ ਸੀ ਉਹਦੀਆਂ ਪੱਠਾਂ ਨੇ। ਠੀਕ ਆ ਜੀ, ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਇਹ ਵੀ ਕੁਆਲਿਟੀ ਵਧੀਆ ਤੁਸੀਂ ਦੇਖ ਸਕਦੇ ਹੋ। ਸਮਾਰ ਕੇ ਦਿਖਾ ਦਿਓ ਰੁਪਏ, ਜਮੀ ਝਾੜ ਕੇ ਲੂਜ ਦੇਣਾ ਜਮਾ, ਹਾਂ ਸ਼ਾਈਨਿੰਗ ਦੇ ਸਕਦੇ ਹੋ ਬਾਈ ਨਾ, ਪੱਠ ਦੇ ਉੱਪਰ ਪੂਰੀ ਹੈਗੀ, ਤੇ ਕੰਨ ਕੁੰਨ ਦੇ ਸਕਦੇ ਹੋ, ਸਿੰਗ ਦੇਖ ਸਕਦੇ ਹੋ, ਚਿੱਟੀਆਂ ਅੱਖ ਦੇ ਵਿੱਚ, ਚਿੱਟੀਆਂ ਅੱਖਾਂ ਦੇ ਵਿੱਚ ਆ ਗਈ, ਤੇ ਆਹ ਆਪਣੇ ਵੱਡੇ ਬੱਕਰੇ ਦੀ ਜਿਹੜਾ ਬਲੈਕ ਹੀ ਗੁਜ਼ਰ ਗਿਆ ਉਹਦੀ ਪੱਠ ਆ। ਠੀਕ ਹੈ, ਉੱਚੇ ਮੱਥੇ ਦੀ ਆ ਗਈ ਨਾ, ਹਾਂ ਇਹਦੀ ਮਾਂ ਬਹੁਤ ਚੰਗੀ ਸੀ, ਸੁਲਤਾਨ ਮੰਨ ਲਾ ਵੀ ਸੁਲਤਾਨ ਦੀ ਇਹ ਭੈਣ ਹੀ ਲੱਗਦੀ ਆ ਇੱਕ ਤਰ੍ਹਾਂ ਦੀ। ਠੀਕ ਆ, ਬਹੁਤ ਚੰਗੀ ਆ ਵੱਡੇ ਬੱਕਰੇ ਦੀ ਇਹ ਜਿਹੜੀ ਆ ਪੱਠ ਆਪਣੇ ਜਿਹੜਾ। ਇਹ ਤਿਆਰ ਕਿਵੇਂ ਹੁੰਦੀਆਂ ਨੇ, ਕਿਵੇਂ ਤਿਆਰ ਕਰੀ ਆਪਾਂ, ਕੋਈ ਹੁੰਦਾ ਇਹਦੇ ਵਿੱਚ ਕੋਈ ਰਾਜ? ਨਹੀਂ ਕੋਈ ਗੱਲਬਾਤ ਨਹੀਂ ਬਾਈ, ਜ਼ਿਆਦਾਤਰ ਕਈ ਅਣਜਾਣ ਬੰਦੇ ਹੁੰਦੇ ਨੇ ਦੇਖ, ਉਹਨਾਂ ਤਾਂ ਹੁੰਦੀਆਂ ਨਹੀਂ ਹੈਗੀਆਂ ਤਿਆਰ, ਕਈ ਵਾਰ ਤਾਂ ਪਤਾ ਘੱਟਦਾ ਬਾਈ, ਇੱਕ ਤਾਂ ਮੇਨ ਤਾਂ ਬਲੱਡ ਨੇ ਜ਼ੋਰ ਮਾਰਨਾ, ਖੂਨ ਵਧੀਆ ਹੋਊਗਾ, ਠੀਕ ਹੈ, ਉਹਨੇ ਆਟੋਮੈਟਿਕ ਕਰਨਾ, ਇਹਨਾਂ ਨੂੰ ਕੋਈ ਸਪੈਸ਼ਲ ਡਾਇਟ ਨਹੀਂ ਪਾਈ, ਠੀਕ ਹੈ, ਸਿਰਫ ਮੇਨਟੇਨ ਰੱਖਣ ਲਈ ਸਮਾਨ ਆਪਾਂ ਪਾਉਣਾ, ਉਹ ਵੀ ਇਹ ਨਹੀਂ ਹੈਗਾ ਵੀ ਅੱਜ ਸਵੇਰੇ ਪਾਤਾ ਕੱਲ ਨੂੰ ਸ਼ਾਮ ਨੂੰ ਪੁੱਛਣਾ, ਯਾਨੀ ਜਿਹੜੀ ਚੀਜ਼ ਜਿਹੜੇ ਟਾਈਮ ਇਹਨਾਂ ਨੂੰ ਮਿਲਦੀ ਆ ਉਹ ਹਰ ਰੋਜ਼ ਰੂਟੀਨ ਦੇ ਵਿੱਚ ਮਿਲਣੀ ਮਿਲਣੀ ਆ। ਠੀਕ, ਪਾਣੀ ਟਾਈਮ ਟੂ ਟਾਈਮ ਮਿਲਣਾ, ਨਾਲ ਬਾਲਟੀ ਹੁੰਦੀ ਆ ਦਿਹਾੜੀ ਦੇ ਵਿੱਚ, ਘੱਟੋ ਘੱਟ ਨਹੀਂ ਤਾਂ 7-8 ਵਾਰ ਇਹਨਾਂ ਨੂੰ ਪਾਣੀ ਪਿਆਉਣਾ ਹੀ ਪਿਆਉਣਾ। ਠੀਕ ਆ, ਕੇਅਰ ਕਰਨੀ ਪੈਂਦੀ, ਕੇਅਰ ਕਰਨੀ ਪੈਂਦੀ ਆ, ਠੀਕ ਆ, ਉਹ ਤਾਂ ਜਦੋਂ ਇਹ ਮੇਨਟੇਨ ਰੱਖਣੀ ਹੈ, ਜੇ ਹੁਣ ਭੁੱਖੀ ਨਹੀਂ ਰਹਿਣੀ ਆ ਇਹ, ਟਾਈਮ ਟੂ ਟਾਈਮ ਇਹਨਾਂ ਨੂੰ ਮਿਲਣਾ, 4 ਵਜੇ ਇਹਨਾਂ ਨੂੰ, 5 ਵਜੇ ਜਿਹੜਾ ਸਮਾਨ ਅੱਜ ਮਿਲਣਾ ਉਹ ਕੱਲ ਨੂੰ ਫਿਰ ਮਿਲਣਾ, ਕੱਲ ਨੂੰ ਫਿਰ ਮਿਲਣਾ, ਇਹ ਨਹੀਂ ਗੱਲ ਹੈਗੀ ਵੀ ਅੱਜ ਪਾਤਾ ਕੱਲ ਨੂੰ ਪੁੱਛਣਾ ਨਹੀਂ ਹੈਗਾ, ਤਾਂ ਕਰਕੇ ਗਰੋਥ ਕਰਦੇ। ਹੁਣ ਆਹ ਵੀ ਬੋਦੀ ਪਾਠੀ ਆ, ਇਹ ਵੀ 2 ਦੰਦ ਆ, ਇਹ ਘੱਟੋ ਘੱਟ ਮੇਰੇ ਹਿਸਾਬ ਨਾਲ ਹੋਊ 37-38 ਇੰਚ ਦੀ, 2-2 ਦੰਦ ਕੱਢ ਰਹੀਆਂ ਨੇ ਸਾਰੀਆਂ। ਠੀਕ ਆ, ਹੁਣ ਸਤੰਬਰ ਦੇ ਵਿੱਚ ਸਾਰੀਆਂ
ਜਦੋਂ ਦੁਬਾਰਾ ਵੀਡੀਓ ਬਣਾਵਾਂਗੇ ਆਪਾਂ ਜਦੋਂ ਕ੍ਰੋਸ ਹੋਣੀਆਂ ਨੇ 38-38 39 ਇੰਚ ਕੱਦ ਹੋ ਜਾਣਾ ਠੀਕ ਹੈ ਕਈ ਵਾਰੀ ਹੁਣ ਮੰਨ ਲੈਂਦੇ ਆਪਾਂ ਵੀ ਦੋ ਦੰਦ ਤੇ ਇਹਨਾਂ ਨੇ ਕੱਢਦੇ ਦੰਦ ਦੀ 40-40 ਤੇ ਚਲੀਏ ਫਿਰ 8 ਦੰਦ ਤੇ ਵੀ 40 ਦੇ ਰਹਿ ਗਈ ਉਹ 40 ਰਹਿਣੀ ਆ ਜਿਵੇਂ ਹੁਣ ਵਿੱਚ ਮੈਂ ਕਹਿ ਦਵਾਂ ਵੀ ਹਾਂ ਇਹ ਦੋ ਦੰਦ 40 ਇੰਚ ਹੋ ਗਈ ਫਿਰ ਜਿਸ ਹਿਸਾਬ ਨਾਲ 8 ਦੰਦ ਹੋਊਗੀ ਫਿਰ ਤਾਂ 50 ਇੰਚ ਨੂੰ ਜਾਣੀ ਚਾਹੀਦੀ ਹੈ 50 ਇੰਚ ਜਾਣੀ ਚਾਹੀਦੀ ਹੈ ਕਿਉਂ ਜਿਹੜੀਆਂ ਪਹਿਲਾਂ ਜ਼ੋਰ ਮਾਰ ਜਾਂਦੀਆਂ ਨੇ ਉਹ ਬਾਅਦ ਦੇ ਵਿੱਚ ਵੀ ਜਾ ਕੇ ਉੱਥੇ ਹੀ ਖੜ ਜਾਂਦੀਆਂ ਨੇ ਉੱਥੇ ਹੀ ਖੜ ਜਾਂਦੇ ਨੇ ਯਾਨੀ ਹਾਈਐਸਟ ਇਹ ਜਿਹੜੀ ਹਾਈਟ ਆ ਉਹ ਉੱਥੇ ਹੀ ਜਾਣੀ ਆ ਚਾਹੇ ਉਹ ਪਹਿਲਾਂ ਚਲੇ ਜਾਵੇ ਚਾਹੇ ਬਾਅਦ ਠੀਕ ਹੈ ਗਰੋਥ ਨਹੀਂ ਕਰਦੀ ਫਿਰ ਉਹ ਨਿਕੋਲਾ ਤੇ ਜਿਹੜਾ ਹੋ ਜਾਂਦਾ ਨਾ ਇਹ ਚੱਕਰ ਹੌਲੀ ਹੌਲੀ ਹੁਣ ਇਹ ਹੌਲੀ ਹੌਲੀ ਆ ਮੇਨਟੇਨ ਆ ਇਹਨਾਂ ਦੇ ਹਰ ਇੱਕ ਚੀਜ਼ ਡਿਵੈਲਪਮੈਂਟ ਹੋ ਰਹੀ ਹੈ ਕੰਨ ਵੀ ਹੋ ਰਹੇ ਨੇ ਮੂੰਹ ਵੀ ਹੋ ਰਿਹਾ ਤੇ ਸਕਿਨ ਵੀ ਹੋ ਰਹੀ ਆ ਠੀਕ ਆ ਹਨਾ ਤੇ ਸਾਰਾ ਕਿ ਅਸਲੀ ਰਾਸਤਾ ਤਾਂ ਉਹੀ ਆ ਵੀ ਹੌਲੀ 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 ਕਰੀ ਜਾ ਰਹੀ ਆ ਜੇ ਹੁਣ ਦੋ ਦੰਦ 40 ਹੋਣੇ ਉਹ 40 ਖੜੀ ਰਹਿਣੀ ਆ ਜੇ ਚਾਰ ਦੰਦ ਦੇ ਵੀ 40 ਹੋਊਗੀ ਉਹ 6 ਦੰਦ ਦੇ ਵੀ 40 ਹੋਊਗੀ 8 ਤੇ ਮੰਨ ਲਓ ਵੀ 1-1/2 ਇੰਚ ਵਧੂਗੀ ਇਹਨਾਂ ਨੇ ਵਧੀ ਜਾਣਾ ਹੌਲੀ ਹੌਲੀ ਕਰਕੇ ਸਹੀ ਗੱਲ ਹੈ ਰੈਗੂਲਰ ਯੋਜਨ ਕਿ ਹੁੰਦਾ ਜਾਵੇ ਚੱਲਦਾ ਜਾਵੇ ਆ ਵੀ ਲੈ ਆ ਸਾਰੀਆਂ ਦੋ ਦੋ ਦੰਦ ਹੁਣ ਕੱਢ ਰਹੀਆਂ ਨੇ ਆ ਦੇਖ ਸਕਦੇ ਹੋ ਸਾਲ ਤੋਂ ਉੱਪਰ ਹੋ ਗਈਆਂ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੇ ਸਾਲ ਸਾਲ ਦੀਆਂ ਪੱਠਾਂ ਹੋਈਆਂ ਨੇ ਜੈਡ ਬਲੈਕ ਆ ਵੀ ਜਮਾ ਨਾ ਦੇਖ ਸਕਦੇ ਹੋਗੇ ਹਾਂ ਇਹ ਵੀ ਆਪਣੇ ਵੱਡੇ ਬੱਕਰੇ ਦੀ ਇਹ ਵੀ ਵੱਡੇ ਬੱਕਰੇ ਦੀ ਹੈ ਨਾ ਬਲੈਕੀ ਦੀ ਹਾਂ ਠੀਕ ਆ ਇਹ ਦੇਖ ਲਓ ਹੁਣ ਸਾਰੀਆਂ ਨੇ ਮਾਲਾ ਵੀ ਹੁਣ ਬਣਾਤੀ ਵੀਡੀਓ ਆਪਾਂ ਇਸੇ ਕਰਕੇ ਬਣਵਾਈ ਆ ਉਸ ਤੋਂ ਬਾਅਦ ਜਦੋਂ ਹੁਣ 6 ਮਹੀਨਿਆਂ ਨੂੰ ਬਣਾਵਾਂਗੇ 6 ਮਹੀਨਿਆਂ ਦੇ ਵਿੱਚ ਗਰੋਥ ਦਾ ਫਰਕ ਦੇਖ ਲਓ ਠੀਕ ਆ ਵੇਚਦੇ ਕਦੋਂ ਹੁੰਦੇ ਕਾਲੇ ਬਾਈ ਫਿਰ ਬਾਈ ਇਦਾਂ ਵਾ ਜਦੋਂ ਇਹਨਾਂ ਦੇ ਬੱਚੇ ਆ ਗਏ ਜਾਂ ਤਾਂ ਬੱਚੇ ਸੇਲ ਕਰ ਦਿੰਦੇ ਆ ਜਾਂ ਵੱਡੀਆਂ ਬੱਕਰੀਆਂ ਜਾਂ ਬੰਨਾਂ ਵਿੱਚ ਇੱਕ ਚੀਜ਼ ਸੇਲ ਕਰਦੇ ਆ ਠੀਕ ਕਿਉਂਕਿ ਸਾਡੇ ਕੋਲ ਉਹਨਾਂ ਦੀ ਗਾਂ ਲੈਣ ਰਹਿ ਜਾਂਦੀ ਆ ਇਹ ਵੀ ਹੋਰ ਦਿਖਾਉਣਾ ਤੁਹਾਨੂੰ ਆਏ ਗੁਰਪ੍ਰੀਤ ਮਾੜਾ ਇੱਧਰ ਆ ਜਾ ਤੁਰਿਆ ਇਹ ਛੋਟੀਆਂ ਨੇ ਪੱਠਾਂ ਬਾਈ ਹੁਣ ਜਿਹੜੀਆਂ ਮਾਰਚ ਅਪ੍ਰੈਲ ਦੀਆਂ ਲਿਆ ਦੋ ਲੈ ਵੀ ਆਹ ਪੱਠ ਦੇਖ ਸਕਦੇ ਹੋ ਇਹ ਕਿੰਨੇ ਮਹੀਨੇ ਦੀ ਹੋ ਗਈ ਕਾਲੇ ਬਾਈ ਇਹ ਬਾਈ ਕਰੀਬ 3-3.5 ਮਹੀਨੇ ਦੀ ਪੱਠ 3-3.5 ਮਹੀਨੇ ਦੀ ਪੱਠ ਆ ਨਾ ਦੇਖ ਦੋ ਕੁਆਲਿਟੀ ਚੰਗੀ ਆ ਪੂਰੀ ਫਰਵਰੀ ਮਾਰਚ ਅਪ੍ਰੈਲ ਐ ਸਾਰੀਆਂ ਬੱਕਰੀਆਂ ਸੁਈਆਂ ਨੇ ਕੋ ਛੋਟੇ ਬੱਚੇ ਕੋ ਸਾ ਨਾਲ ਆ ਗਏ ਠੀਕ ਆ ਇਹ ਆ ਦੋਨੀ ਪੈਣਾ ਨੇ ਇੱਕ ਆ ਖੜੀ ਆ ਇਹ ਆਪਣੇ ਵੱਡੇ ਬੱਕਰੇ ਦੀਆਂ ਪੱਠਾਂ ਨੇ ਦੋਨੀ ਗੁਰਪ੍ਰੀਤ ਬੈਠ ਕੇ ਦਿਖਾ ਦੇ ਮਾਰ ਕੇ ਤੁਸੀਂ ਮਾ ਕਰ ਮੂਰੀ ਕਰੀ ਬਈ ਪੜਾ ਆ ਦੋਨੀ ਆਪਣੇ ਬਲੈਕੀ ਦੀਆਂ ਪੱਠਾਂ ਨੇ ਬਾਈ ਜਿਹੜਾ ਵੀ ਦੇਖ ਬੱਕਰਾ ਆਪਣਾ ਗੁਜਰ ਗਿਆ ਠੀਕ ਆ ਦੋਨੀ ਸਕੀਆਂ ਭੈਣਾਂ ਸਹੀ ਗੱਲ ਆ ਫਿਰ ਹਾਂ ਇਹਨਾਂ ਦੀ ਕੁਆਲਿਟੀ ਦੇਖ ਲਓ ਹੁਣ ਤੋਂ ਹੀ ਸ਼ਾਈਨਿੰਗ ਪੂਰੀ ਹੋ ਗਈ ਨਾ ਇੱਕ ਚਿੱਟੀਆਂ ਅੱਖਾਂ ਇਹਦੇ ਵਿੱਚ ਤਾਂ ਸ਼ਾਈਨਿੰਗ ਜੀ ਆ ਗਈ ਇਹਦੇ ਵਿੱਚ ਹਜੇ ਆ ਬਾਈ ਮਾਂ ਥੱਲੇ ਚੁੰਗਦੀ ਆ ਹਾਂ ਇਹਨੂੰ ਨਿਪਲ ਆਇਆ ਪਰ ਨਿਪਲ ਆ ਕਿਉਂ ਬਾਈ ਫਿਰ ਐਵੇਂ ਦੋਨੇ ਬਾਈ ਬੱਚੇ ਉਹਨੇ ਲਏ ਨਹੀਂ ਹੈਗੇ ਕਾਹ ਤੋਂ ਨਹੀਂ ਲਏ ਬਾਈ ਕਾਰਨ ਕੀ ਹੋਇਆ ਸਮਝੋ ਵਾਰ ਆਇਆ ਤਾਂ ਪਹਿਲਾਂ ਤੋਂ ਹੀ ਵੱਧ ਕਰਦੀ ਸੀ ਉਹ ਇਹ ਨਾ ਹੁਣ ਵੀ ਥੱਲੇ ਹੁੰਦੀ ਆ ਉਹਦੇ ਮਾਂ ਥੱਲੇ ਇਹਨੂੰ ਨਿਪਲ ਆਇਆ ਉਹ ਨਿਪਲ ਇੰਨਾ ਫਰਕ ਤਾਂ ਹੁਣ ਨਿਪਲ ਤੇ ਪੈਂਦਾ ਹੀ ਆ ਬਾਈ ਸਹੀ ਗੱਲ ਆ ਵੇਣਾ ਕਿਤੇ ਮਾਂ ਬਾਕੀ ਗਰੋਥ ਦੋਨਾਂ ਦੀ ਸਹੀ ਆ ਹਾਂ ਗਰੋਥ ਸਹੀ ਆ ਦੋਨਾਂ ਦੀ ਹੈ ਨਾ ਤੇ ਬੋ ਤੋਂ ਬਾਅਦ ਆ ਬੱਚਾ ਬਾਈ ਹੁਣ ਬਰੀਡਰ ਲਈ ਰੱਖਿਆ ਵਾ ਇਹ ਬਰੀਡਰ ਲਈ ਰੱਖਿਆ ਹਾਂ ਪਹਿਲਾਂ ਇਹ ਸੇਲ ਕਰਤਾ ਸੀਗਾ ਤੇ ਉਸ ਤੋਂ ਬਾਅਦ ਬੋ ਸੇਲ ਹੋ ਗਿਆ ਹੁਣ ਆਪਾਂ ਇਹ ਮੰਨ ਲਾ ਵੀ ਵੇਚਣਾ ਨਹੀਂ ਹੈਗਾ ਹੁਣ ਇਹ ਪਾਲ ਲਾਂਗੇ ਲੈ ਵੀ ਮੂੰਹ ਦਿਖਾ ਦੇ ਬੁੱਸ ਮਾਰ ਕੇ ਲੈ ਵੀ ਇਹ ਤਾਂ ਸਿੰਘ ਬਾਈ ਮੋਟੇ ਨੇ ਨਾ ਇਹਦੇ ਹੁਣ ਤੋਂ ਹੀ ਮੋਟੇ ਆ ਬਾਈ ਦੇਖ ਲੈ 3-3 ਮਹੀਨਿਆਂ ਦਾ ਬੱਚਾ ਇਹ ਠੀਕ ਆ ਹੁਣ ਤਾਂ ਦੇਖ ਲੈ ਇਹਦੀ ਸਕਿਨ ਦੇਖ ਲੈ ਜਿਵੇਂ ਉਹ ਸੀ ਬੋ ਦੇ ਮੋਟੇ ਸੀ ਨਾ ਉਸ ਹਾਂ ਨਾਲ ਇਹ ਵੀ ਹੁਣ ਚੁੰਗਲੀ ਜੋ ਨਿੱਪਲ ਤੇ ਆ ਬਾਈ ਚੁੰਗਲੀ ਤੇ ਇਹਦੀ ਸਕਿਨ ਦੇਖ ਲੈ ਸਹੀ ਗੱਲ ਸਕਿਨ ਵੀ ਪੂਰੀ ਹੋ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਹਰ ਇੱਕ ਬੱਚੇ ਦਾ ਬੱਕਰੀ ਦਾ ਅੱਡ ਅੱਡ ਨੇਚਰ ਆ ਹਾਂ ਇਹ ਖਾਣ ਪੀਣ ਨੂੰ ਖੁੱਲਾ ਸਹੀ ਗੱਲ ਹੈ ਬਹੁਤ ਸ਼ਰਾਰਤੀ ਹੈ ਜਮਾ ਹੀ ਬੋ ਵਰਗਾ ਹੀ ਬਣਨਾ ਇਹਨੇ ਬਸ ਸਹੀ ਗੱਲ ਲੈ ਵੀ ਆਜੋ ਹੋਰ ਦਿਖਾਉਣਾ ਹੈਗੇ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਲੈ ਵੀ ਮਿੱਤਰੋ ਇੱਕ ਹੋਰ ਦਿਖਾਉਣਾ ਤੈਨੂੰ ਪੱਠਾ ਬਈ ਇਹ ਹਾਂ ਬਈ ਇਹ ਬੋ ਦੀ ਪੱਠਾ ਲੈ ਵੀ ਆਹ ਦੇਖ ਸਕਦੇ ਹੋ ਨਾ ਗੁਰਪ੍ਰੀਤ ਦਿਖਾ ਸਮਾਰ ਇਹ ਹੁਣ ਵਾਲੀ ਬੱਚੇ ਆਏ ਦੇ ਉਹ ਆ ਫੜੀ ਸਮਾਰ ਕੇ ਬੈਨ ਕਾਲੇ ਫੜੀ ਲੈ ਵੀ ਪੱਠ ਦੇਖ ਸਕਦੇ ਹੋ ਬਈ ਇਦਾਂ ਦੀਆਂ ਪੱਠਾ ਹੁੰਦੀਆਂ ਨੇ ਕਾਲੇ ਬਾਈ ਦੀਆਂ ਚੈੱਕ ਕਰੋ ਕੁਆਲਿਟੀ
ਇਹ ਵੀ ਕਰੀਬ 3 ਮਹੀਨਿਆਂ ਦੀ ਪੱਠਾ ਬਾਈ। ਠੀਕ ਆ ਜੀ, ਮਾੜੀ ਕੁਆਲਿਟੀ ਤਾਂ ਨਹੀਂ ਆਈ ਕਾਲੇ ਕਦੇ ਫਾਰਮ 'ਚ? 100 ਦੇ ਵਿੱਚੋਂ ਮੰਨ ਲਾ 5-4 ਬੱਚੇ ਤਾਂ ਆ ਹੀ ਜਾਂਦੇ ਆ ਬਾਈ ਨੋਰਮਲੀ, ਜਿਹੜੇ 2-2, 3-3 ਬੱਚੇ ਦਿੰਦੇ ਆ, ਕਈ ਵਾਰ ਉਹਨਾਂ 'ਚ ਬੱਚਾ ਕਮਜ਼ੋਰ ਆ ਜਾਂਦਾ। ਠੀਕ ਆ ਜੀ, ਕਾਰਨ ਕੀ ਹੁੰਦਾ ਬਾਈ ਉਹਦਾ ਫਿਰ? ਉਹਦੇ 'ਚ ਐਂ ਬਾਈ, ਜਿਵੇਂ ਹੁਣ ਮੰਨ ਲਾ ਸਿੰਗਲ ਬੱਚਾ ਆਉਣਾ ਤਾਂ ਸੁਪਰ ਦਾ ਵੀ ਸੁਪਰ ਆਉਣਾ। ਅੱਛਾ, ਹੈਨਾ? ਤੇ ਜਿਹੜੀ ਮੰਨ ਲਾ ਕਈ ਵਾਰ 3-4 ਦੇ ਦਿੰਦੇ ਆ, ਉਹਨਾਂ 'ਚ 1-2 ਬੱਚੇ ਤੇ ਮੰਨ ਲਾ ਵੀ ਜਿਵੇਂ ਹੁਣ ਸਾਰਿਆਂ ਦੇ ਫਿਊਚਰ ਵੰਡੇ ਜਾਣੇ ਨੇ, ਹਨਾ, ਉਹ 1-2 ਦੇ ਕਿਸੇ ਦੇ ਵਿਚਾਰੇ ਤੇ ਮਾੜੇ ਪੈ ਜਾਂਦੇ ਆ, ਹਨਾ, ਉਹ ਤਾਂ ਕਰਕੇ। ਤੇ ਨਹੀਂ ਤਾਂ ਬੱਚੇ ਆਲਮੋਸਟ ਪੂਰੇ ਚੰਗੇ ਹੀ ਆਉਂਦੇ ਆ ਬਾਈ। ਠੀਕ, ਸਾਰੇ ਬੱਚੇ ਜਿੰਨੇ ਵੀ ਪਹਿਲਾਂ ਵੀ ਵੇਚੇ ਆ, ਤੁਹਾਨੂੰ ਹੋਰ ਬੱਚੇ ਦਿਖਾਉਂਗਾ, ਬੱਕਰੇ ਮੈਂ ਮੜਵਾਇਆ ਹੁਣ ਵਾਪਸ ਲੈ ਕੇ ਆਉਂਦੇ ਆ। ਤੇ ਉਹ 2 ਬੱਕਰੇ ਆਪਾਂ ਦਿੱਤੇ ਸੀ, ਕਰੀਬ 1.5-2 ਮਹੀਨਿਆਂ ਦੇ ਬੱਚੇ ਲੈ ਗਏ ਸੀ। ਉਹ ਮੰਨ ਲਾ ਵੀ ਉਦੋਂ ਕੁਆਲਿਟੀ ਨਹੀਂ ਦੇਖਦੀ ਜਿਵੇਂ ਹੁਣ ਬੱਚਿਆਂ 'ਚ, ਨਹੀਂ ਛੋਟਿਆਂ 'ਚ ਦਿੰਦੀ, ਤਾਂ ਉਹ ਤੁਹਾਨੂੰ ਘਰੇ ਦਿਖਾਉਂਗਾ ਬੱਕਰੇ ਮੈਂ, ਬਹੁਤ ਜ਼ਬਰਦਸਤ ਬਣੇ ਹੋਏ। ਆਹ ਦਿਖਾਈ ਬਾਈ, ਲਾਲ ਡੱਬਾ ਜਿਹਾ ਇਹ ਬਾਈ ਪੱਠ ਆਪਣੇ ਵੱਡੇ ਬੱਕਰੇ ਦੀ ਬਲੈਕ ਦੀ। ਹਾਂ ਠੀਕ ਆ, ਇਹ ਕਰੀਬ ਹੈਗੀ ਆ 6-7 ਮਹੀਨਿਆਂ ਦੀ ਪੱਠ। ਤੇ ਇਹ ਆਪਾਂ ਜਿਹੜਾ ਬੱਕਰੀ ਲਿਆਂਦੀ ਸੀਗੀ ਨਾਗਰੀ, ਉਹਦੀ ਪੱਠ ਆ। ਠੀਕ ਆ, ਹਾਂ, ਪਿੱਛੋਂ ਆਈ ਹੋਈ ਹੈ? ਨਹੀਂ ਨਹੀਂ, ਬੱਕਰੀ ਲਿਆਂਦੀ ਸੀ, ਹੈ ਆਪਣੇ ਜਿਹੜਾ ਵੱਡਾ ਬੱਕਰਾ ਸੀ ਬਲੈਕ ਹੀ ਆ, ਉਹਦੀ ਪੱਠ ਆ, ਮਾਂ ਇਹਦੀ ਇਹੋ ਜਿਹੇ ਰੰਗ ਦੀ ਸੀਗੀ। ਠੀਕ ਗੱਲ ਹੈ, ਵੀ ਦੇਖ ਸਕਦੇ ਹੋ ਨਾ, ਕਿੰਨੇ ਮਹੀਨੇ ਦੀ ਹੋ ਗਈ ਇਹ? 7-8 ਮਹੀਨੇ ਦੀ, 6-7-8 ਮਹੀਨੇ ਦੀ। ਕੁਆਲਿਟੀ ਦੇਖ ਸਕਦੇ ਹੋ, ਕਲਰ ਦੇਖ ਸਕਦੇ ਹੋ ਬਾਈ, ਅਲੱਗ ਅਲੱਗ ਕਲਰ ਰੱਖੇ। 3 ਬੱਚੇ ਆਏ ਸੀਗੇ ਬਾਈ, 2 ਏਦਾਂ ਦੇ ਸੀ ਮੇਲ ਤੇ ਫੀਮੇਲ, ਮੇਲ ਆਪਣੇ ਕੋਲ ਡੈਡ ਹੋ ਗਿਆ, ਤੇ ਇੱਕ ਇਹਦੀ ਭੈਣ ਕਾਲੀ ਡੱਬੀ ਆ। ਠੀਕ ਆ, ਦੋਨੇ ਉਹਦੀਆਂ ਪੱਠਾਂ ਨੇ ਬਲੈਕੀਆਂ ਨੇ ਵੱਡੇ ਦੀਆਂ। ਠੀਕ, ਬੱਕਰੀਆਂ ਦਿਖਾਓਗੇ ਹੁਣ ਸਾਨੂੰ? ਹਾਂ, ਬੱਕਰੀਆਂ ਦਿਖਾ ਲੈ ਵੀ, ਆ ਜਾਓ ਬਣੇ ਰਹੋ ਮਿੱਤਰੋ ਵੀਡੀਓ ਦੇ ਵਿੱਚ, ਆ ਜਾਓ। ਲੈ ਵੀ ਮਿੱਤਰੋ, ਉਹਨੂੰ ਪੁਰਾਣਾ ਅਸਲਾ ਦਿਖਾਉਣੇ ਆ ਗਏ, ਕਿਉਂ ਬਾਈ ਕਾਲੇ? ਬਿਲਕੁਲ ਬਾਈ ਬਿਲਕੁਲ, ਮਸਾ ਹੀ ਕਿਹਾ ਗਾ ਬਿਲਕੁਲ ਅਸਲਾ। ਹਾਂ ਲੈ ਵੀ ਦਿਖਾ ਬਾਈ, ਦੱਸ ਬਾਈ ਇਹਨੂੰ ਬਾਰੇ। ਇਹ ਬੱਕਰੀ ਬਾਈ ਆਪਾਂ ਲਈ ਸੀਗੀ ਤੇ ਕਰੀਬ ਪਿਛਲੇ 2 ਸਾਲ ਪਹਿਲਾਂ, ਤੇ ਉਸ ਤੋਂ ਬਾਅਦ ਸੇਲ ਕਰਤੀ ਸੀ, ਹੁਣ ਦੁਬਾਰਾ ਵਾਪਸ ਮੰਗਵਾਈ ਆ ਬਾਈ। ਅੱਛਾ, ਦੇਖੀ ਆ ਪਹਿਲਾਂ ਵੀਡੀਓ ਦੇ ਵਿੱਚ ਬਣੀ ਆ। ਜ਼ਿਆਦਾਤਰ ਇਹ ਕਲਰ ਆ ਜਿਹੜਾ, ਜਿਵੇਂ ਹੁਣ ਪਾਕਿਸਤਾਨ ਦੇ ਹੈ ਤਾਂ ਇੱਧਰੋਂ ਗਈਆਂ ਸਾਰੀਆਂ, ਜ਼ਿਆਦਾ ਕਲਰ ਇਹ ਪਾਕਿਸਤਾਨ ਦੇ ਵਿੱਚ ਆ, ਆਪਣੇ ਬਹੁਤ ਘੱਟ ਰਹਿ ਗਿਆ। ਜਿਹੜਾ ਡੱਬਾ, ਇਹ ਡੱਬਾ ਉਹ ਪਾਕਿਸਤਾਨ ਦੇ ਵਿੱਚ ਜ਼ਿਆਦਾ ਵਾ। ਤੋਰੀ ਬਾਈ ਮਾੜਾ ਜਿਹਾ ਲੈ ਵੀ ਦੇਖ ਸਕਦੇ ਹੋ ਨਾ ਬਾਈ, ਕਹਿੰਦਾ ਵੀ ਇਹ ਪਾਕਿਸਤਾਨ 'ਚ ਜ਼ਿਆਦਾ ਆਪਣੇ ਥੋੜ੍ਹਾ ਰਹਿ ਗਿਆ ਕਲਰ, ਹੈਗਾ ਬਹੁਤ ਘੱਟ ਆ ਬਾਈ, ਰੇਅਰ ਕਲਰ ਆ। ਡੱਬੀਆਂ ਆਪਣੇ ਜਿਵੇਂ ਆਮ ਦੂਜੀਆਂ ਡੱਬੀਆਂ ਵਾ, ਉਹ ਪਿੱਛੇ ਖੜੀਆਂ, ਉਵੇਂ ਦੀਆਂ ਡੱਬੀਆਂ ਬਹੁਤ ਨੇ, ਪਰ ਜਿਹੜੇ ਆਹ ਡੱਬ ਨੇ ਇਹ ਬਹੁਤ ਘੱਟ ਤੁਸੀਂ ਵੀ ਦੇਖੇ ਹੋਣਗੇ, ਤੁਸੀਂ ਮੰਡੀਆਂ ਵਗੈਰਾ ਜਾਂ ਫਾਰਮ 'ਤੇ ਵੀਡੀਓ ਬਣਾਉਂਦੇ ਹੋ। ਠੀਕ, ਆਹ ਡੱਬ ਬਹੁਤ ਘੱਟ ਮਿਲੂਗਾ। ਠੀਕ ਆ, ਹਾਂ, ਇਹਦੀ ਬਰੀਕ ਲੂਈ ਵੀ ਦੇਖ ਲਓ ਕਿੰਨੀ ਬਰੀਕ ਆ, ਹਨਾ, ਸੂਈ ਹੋਈ ਆ। ਕਰੀਬ ਕਿੰਨਾ ਕੁ ਵਜੇ ਥੱਲੇ ਬਈ? ਕਰੀਬ ਮੰਨ ਲਾ ਵੀ ਹੁਣ ਤਾਂ ਵਾਪਸ ਮੰਗਵਾਈ ਆ, ਤੇ 2-2.5 ਲੀਟਰ ਹੀ ਦੁੱਧ ਦੇ ਰਹੀ ਆ। ਹਾਂ, ਜਦੋਂ ਆਪਣੇ ਕੋਲ ਪਹਿਲਾਂ ਬੱਕਰੀ ਸੀਗੀ ਉਦੋਂ ਦੇ ਰਹੀ ਸੀ 3.5-4 ਲੀਟਰ ਦੁੱਧ ਦੋਨੇ ਟਾਈਮ। ਹਾਂ, ਹੁਣ ਤਾਂ ਆਪਣੇ ਕੋਲ ਪਰਸੋਂ ਮੁੜੀ ਆ ਬਾਈ ਇਹ। ਠੀਕ, ਚਲ ਆਏ ਬਈ, ਹੋਰ ਦਿਖਾ ਬਈ। ਲੈ ਵੀ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ, ਘੈਂਟ ਕੁਆਲਿਟੀ ਜਮਾ ਕੱਦ ਹੋਊਗਾ ਲਗਭਗ 39 ਇੰਚ ਵਾਲਾ। ਹਾਂ, 39-40 ਇੰਚ ਕੱਦ ਹੈਗਾ। ਦੱਸ ਬਈ ਇਹਦੇ ਬਾਰੇ। ਇਹ ਬਾਈ ਜਿਹੜੀ ਸਾਰਿਆਂ ਨੂੰ ਪਹਿਲਾਂ ਆਪਾਂ ਕਾਲੀ ਬੱਕਰੀ ਨੂੰ ਦਿਖਾਈ 43 ਇੰਚ ਵਾਲੀ, ਉਹਦੀ ਮਾਂ ਬਾਈ ਇਹ। ਅੱਛਾ, ਹਾਂ, ਤੇ ਪਹਿਲਾਂ ਵੀਡੀਓ 'ਚ ਦਿਖਾਈ ਆ, ਤੇ ਕਰੀਬ ਇਹ 4th ਸੂਏ ਹੋਣੀ ਆ, 4th-5ਵੇਂ, ਤੇ ਹੁਣ ਇਹ ਦੁਬਾਰਾ ਗੱਭਣ ਆ, ਤੇ ਕੁਆਲਿਟੀ ਤੁਸੀਂ ਦੇਖ ਹੀ ਸਕਦੇ। ਨੱਕ ਨੁੱਕ ਦਿਖਾ ਕਰੋ ਬਸ, ਮਾਰ ਕੇ ਨੱਕ ਤੇ ਮਾਰ ਕੈਮਰਾ ਇਹਦੇ, ਚੈੱਕ ਕਰੋ ਬਾਈ ਕੰਨ ਕੁੰਨ ਦੇਖ ਸਕਦੇ, ਪੂਰਾ ਚੌੜਾ ਕੰਨ ਹੈਗਾ। ਦੁੱਧ ਕਿੰਨਾ ਗਾ ਬਾਈ ਥੱਲੇ? ਥੱਲੇ ਤਾਜ਼ੀ ਥੱਲੇ 4.5-5 ਲੀਟਰ ਬਾਈ ਆਰਾਮ ਨਾਲ ਕੱਢ ਰਹੀ ਆ। ਅੱਛਾ, ਹਾਂਜੀ, ਵੀ ਤਾਜ਼ੀ 4.5-5 ਲੀਟਰ ਦੁੱਧ ਹੈਗਾ। ਇਹਦੀ ਮਾਂ ਥੱਲੇ ਵੀ ਬਹੁਤ ਵਧੀਆ ਸੀਗਾ ਦੁੱਧ, ਉਹ ਆਪਾਂ ਵੇਚਦੇ ਸੀ, ਉਹ ਕਾਲੇ ਰੰਗ ਦੀ ਸੀਗੀ, ਸੇਮ ਕੁਆਲਿਟੀ ਸੀਗੀ ਇੱਦਾਂ। ਠੀਕ ਆ, ਵੇਚਣੀ ਕਿੰਨੇ ਦੀ ਹੈ ਇਹ? ਨਹੀਂ, ਵੇਚਣੀ ਨਹੀਂ ਹੈਗੀ ਬਾਈ, ਇਹ ਵੇਚਣੀ ਨਹੀਂ ਹੈਗੀ। ਨਹੀਂ ਨਹੀਂ ਨਹੀਂ, ਠੀਕ ਆ। ਵੇਚਣ ਵੁਚਣ ਵਾਸਤੇ ਹੈਗਾ ਕਿੰਨਾ ਕੁ? ਬੱਕਰੀਆਂ ਹੈਗੀਆਂ ਬਾਈ, 4-5 ਬੱਕਰੀਆਂ ਵੇਚਣ ਵਾਲੀਆਂ, ਤੇ 1-2 ਬੱਕਰਿਆਂ ਦਾ ਵੀ ਸ਼ੌਂਕ ਕਰਵਾ ਦਾਂਗੇ। ਦਿਖਾ ਦੋਗੇ ਬੱਕਰੀਆਂ? ਬੱਕਰੀਆਂ ਦਿਖਾ ਮੇਰੇ ਵੀਰ ਨੇ ਲੈਣੀਆਂ ਉਹਨਾਂ ਨੇ। ਲੈ ਵੀ ਮਿੱਤਰੋ,
ਇਹ ਆ ਗਈ ਬੱਕਰੀ, ਪੱਕੀ ਲੋਹੀ ਆ ਬਈ ਇਹ? ਇਹ ਲੋਹੀ ਆ ਵੀਰੇ, ਲੋਹੀ ਬੂਰ ਕੰਨੀ ਕੰਨ ਤੂੰ ਦੇਖ ਸਕਦੇ ਹੋ ਬਾਈ, ਕਿੰਨਾ ਚੌੜਾ ਤੇ ਲੰਬਾ ਕੰਨ ਲੈ ਵੀ, ਚੌੜਾ ਤੇ ਲੰਬਾ ਕੰਨ ਆ ਨਾ। ਜੇ ਕਿਸੇ ਮੇਰੇ ਵੀਰ ਨੇ ਘਰੇ ਆਪਦੇ ਬਰੀਡ ਤਿਆਰ ਕਰਨੀ ਹੋਵੇ, ਬੈਸਟ ਬੱਕਰੀ ਆ। ਬਿਲਕੁਲ ਬਾਈ, ਦੱਸ ਬਈ ਇਹਦੇ ਬਾਰੇ ਹੋਰ। ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਾਈ, ਇਹ ਵੀ ਚੌਥੇ ਸੂਏ ਆ, ਤਿੰਨ ਵਾਰ ਸੂਈ ਆ, ਠੀਕ ਆ। ਤੇ ਜੇ ਕਿਸੇ ਨੇ ਲੈਣੀ ਆ ਤਾਂ ਆਪਣੇ ਤੋਂ ਲੈ ਸਕਦਾ, ਆਪਾਂ ਵੇਚ ਦਾਂਗੇ ਬਾਈ ਬੱਕਰੀ। ਠੀਕ ਆ, ਜੇ ਆਪਾਂ ਰੇਟ ਦੀ ਗੱਲਬਾਤ ਕਰੀਏ ਤਾਂ ਰੇਟ ਬਾਈ ਫੋਨ ਤੇ, ਫੋਨ ਤੇ ਹੋਊਗਾ ਰੇਟ, ਫੋਨ ਤੇ ਕਰ ਲਾਂਗੇ। ਤੇ ਬਹੁਤ ਚੰਗੀ ਆ, ਬੱਚੇ ਵੀ ਬਹੁਤ ਚੰਗੇ ਆ ਰਹੇ ਆ। ਬੂਰ ਕੰਨੇ ਜਾਣਾ ਬਾਈ, ਕੰਨ ਕੁੰਨ ਦਿਖਾ ਦੇ, ਕੰਨ ਬਹੁਤ ਲੰਬਾ ਚੌੜਾ ਸੁਨੱਖੀ ਆ। ਦੁੱਧ ਕਿੰਨਾ ਗਏ ਥੱਲੇ? ਦੁੱਧ ਬਾਈ ਤਾਜ਼ੀ ਤੇ ਦੇ ਦਿੰਦੀ ਆ, 3-3.5 ਲੀਟਰ ਦਾ। ਠੀਕ ਆ, ਹੋਰ ਕਿਹੜੀ ਬੱਕਰੀ ਆ? ਇਹ ਵੀ ਆਜੋ, ਹੋਰ ਦਿਖਾਉਣਾ ਤੁਹਾਨੂੰ ਵੀ ਮਿੱਤਰੋ, ਇੱਕ ਆ ਹੋਰ ਬੱਕਰੀ ਆ ਗਈ, ਦੱਸ ਬਾਈ ਕਾਲੇ ਇਹਦੇ ਬਾਰੇ। ਇਹ ਸ਼ੇਰੇ ਰੰਗ ਦੀ ਆ ਬਾਈ, ਇਹ ਵੀ ਕਰੀਬ ਚੌਥੇ ਸੂਏ ਸੂਈ ਆ, ਹੁਣ ਕਰੀਬ 2.5 ਤੋਂ 3 ਮਹੀਨੇ ਦੀ ਸੂਈ ਆ ਬਾਈ। ਦੁੱਧ ਚੰਗਾ ਥੱਲੇ, 3.75-3 ਲੀਟਰ ਦੁੱਧ ਦੇ ਰਹੀ ਆ। ਠੀਕ ਆ, ਚੰਗੀ ਆ ਬੱਕਰੀ। ਜੇ ਇਹ ਵੀ ਕਿਸੇ ਨੇ ਲੈਣੀ ਆ ਤਾਂ ਵੀ ਆਪਾਂ ਲੈ ਵੀ, ਚੰਗੀ ਬੱਕਰੀ ਹੈਗੀ। ਬਾਕੀ ਨੱਕ ਨਕੋੜਾ ਦੇਖ ਸਕਦੇ ਹੋ ਬਾਈ, ਹੈ ਨਾ, ਬਹੁਤ ਸੋਹਣੀ ਆ ਬਾਈ ਸਾਡੀ, ਬੱਚਿਆਂ ਦੀ ਕੁਆਲਿਟੀ ਵੀ ਬਹੁਤ ਸੋਹਣੀ ਆਉਂਦੀ ਆ। 1000 ਰੁਪਏ ਦਿਖਾ ਮਾਰ ਕੇ ਤੋਰ ਦੇਖ ਲਈਏ, ਤੋਰ ਦੇਖੋ ਬੱਕਰੀ ਦੀ ਲੈਂਥ ਬਹੁਤ ਆ ਬਾਈ। ਬੱਕਰੀ ਦੀ ਆਮ ਜ਼ਿਆਦਾ ਲੈਂਥ ਘੱਟ ਹੁੰਦੀ ਹੈ, ਬੱਕਰੀ ਦੀ ਲੈਂਥ ਲੁੰਥ ਬਹੁਤ ਜ਼ਿਆਦਾ ਸੋਹਣੀ ਹੈ ਬੱਕਰੀ, ਹੈ ਨਾ। ਲੈ ਵੀ ਕਿਹੜੀ ਹੋਰ ਦਿਖਾਓ ਬਾਈ, ਲੈ ਵੀ ਕਿਸੇ ਨੂੰ ਦਿਖਾਉਣਾ ਕਿ ਨਾਗਣੀ ਕਿਉਂ ਬਈ, ਨਾਗਣੀ ਆ ਬਈ ਇਹ? ਬਿਲਕੁਲ ਬਾਈ, ਕਿਉਂ ਰੱਖਿਆ ਬਈ ਇਹ ਨਾਮ ਇਹਦਾ ਨਾਗਣੀ? ਬਾਈ ਆਪਣੇ ਮਿੱਤਰ ਆ ਇੱਕ ਪਿੰਦੀ ਸਿੱਧੂ, ਹਾਂ, ਟੌਪ ਦੀ ਮੱਝ ਆ ਉਹਦੇ ਕੋਲ, ਉਹਦਾ ਨਾਮ ਨਾਗਣੀ। ਬਹੁਤ ਮੇਲੇ ਜਿੱਤੇ ਉਹਨੇ, ਬਹੁਤ ਜ਼ਿਆਦਾ ਦੁੱਧ ਦਿੱਤਾ। ਅੱਛਾ, ਆਪਾਂ ਵੀ ਬਾਈ ਉਹ ਮੱਝ ਨੂੰ ਦੇਖ ਕੇ ਇਹਦਾ ਨਾਮ ਨਾਗਣੀ ਰੱਖਿਆ। ਅੱਛਾ, ਵੇਚਣੀ ਨਹੀਂ ਹੈਗੀ ਇਹ, ਠੀਕ ਆ, ਏਦਾਂ ਸ਼ੌਂਕ ਨੂੰ ਰੱਖੀ ਹੋਈ ਆ ਵਿੱਚ। ਲੈ ਵੀ ਦੇ ਸਕਦੇ, ਪਿੰਦੀ ਬਾਈ ਦੀ ਨਾ ਮੱਝ ਨੂੰ ਦੇਖ ਕੇ ਬਾਈ ਨੇ ਬੱਕਰੀ ਦਾ ਨਾਮ ਨਾਗਣੀ ਰੱਖਿਆ। ਇਹਦਾ ਨਾਮ ਨਾਗਣੀ ਬਾਈ, ਇਹ ਸੇਲ ਨਹੀਂ ਹੈਗੀ, ਆਪਾਂ ਵੀਡੀਓ ਚ ਕਹਿ ਰਹੇ ਨੋਟ ਫੋਰ ਸੇਲ ਆ, ਨੋਟ ਫੋਰ ਸੇਲ। ਹਾਂ, ਬਸ ਇੱਕ ਉਹੀ ਫਿਰਦੀ ਆ ਵਿਚਾਰੀ, ਕਰਮ ਵਾਲੀ ਲਈ ਸੀ ਆਪਾਂ, ਠੀਕ ਆ, ਬਸ ਜਾਦੀ ਵਧੀਆ ਘਰ ਪੂਰਾ ਕਰ ਰਹੀ ਹੈ। ਇਹ ਵੀ ਦੇਖ ਸਕਦਾ ਨਾ, ਦੁੱਧ ਦੁੱਧ ਨੂੰ ਬਹੁਤ ਚੰਗੀ ਆ ਬਾਈ ਇਹ, ਠੀਕ ਆ। ਕਾਲੇ ਬਾਈ ਬਰੀਡਰ ਦਿਖਾ ਦੇ ਹੁਣ, ਹੈ ਨਾ, ਜਿਹੜੇ ਆਪਾਂ ਬੱਚੇ ਦਿਖਾਏ ਨੇ ਨਾ, ਕਿੱਥੋਂ ਆਏ ਨੇ ਉਹ ਦੱਸ। ਇੱਕ ਤਾਂ ਮੋਦੀ ਆ ਬਾਈ, ਆ ਫੜ ਲਈ ਮੋਦੀ, ਆਪਾਂ ਇਹ ਨਾਲ ਮੋਦੀ ਨੂੰ ਤਾਂ ਬਾਈ ਕੰਨ ਤੋਂ ਫੜ ਲਾਂਗੇ ਆ ਜਾ। ਤੇ ਆ ਸੁਲਤਾਨ, ਇਹ ਦੋਨੇ ਪਿਓ ਪੋਤਾ ਬਾਈ। ਅੱਛਾ, ਹਾਂਜੀ, ਆ ਮੋਦੀ ਬੱਚਾ ਸੁਲਤਾਨ ਦਾ ਹੀ ਆ, ਠੀਕ ਹੈ। ਤੇ ਬਾਕੀ ਜਿਹੜਾ ਆਪਣਾ ਬੋ ਸੀਗਾ, ਠੀਕ ਆ, ਉਹ ਬੱਕਰਾ ਬਾਈ ਆਪਾਂ ਵੇਚਤਾ, ਉਹ ਵੇਚਤਾ ਨਾ, ਉਹ ਵੇਚਤਾ ਬਾਈ। ਇਹਨਾਂ ਦੇ ਬੱਚੇ ਨੇ ਜਾਣੀ ਕਿ ਉਹ ਜਿਹੜੇ ਆ ਰਹੇ ਨੇ? ਹਾਂ, ਹੁਣ ਜਿਹੜੀ ਹੁਣ ਕ੍ਰੋਸਿੰਗ ਹੋ ਰਹੀ ਆ, ਪਹਿਲਾਂ ਬੋ ਤੋਂ ਵੀ ਬੱਚੇ ਆਏ ਨੇ, ਇਹਦੇ ਵੀ ਬੱਚੇ ਆਏ ਨੇ, ਘਰੇ ਬੱਚੇ ਫਿਰ ਰਹੇ ਆ ਇਹਦੇ, ਕੁਛ ਇਹਦੇ ਵਿੱਚ ਆ ਤੇ ਕੁਛ ਬਲੈਕੀ ਤੋਂ ਲੱਗੀਆਂ ਹੋਈਆਂ ਸੀ, ਠੀਕ ਆ, ਤੇ ਕੁਛ ਬੱਚੇ ਆਪਣੇ ਘੁੰਗਰੂ ਦੇ ਸੀਗੇ, ਠੀਕ ਆ। ਤੇ ਇਸ ਵਾਰ ਮੰਨ ਲਾ ਹੁਣ ਸੁਲਤਾਨ ਤੇ ਜ਼ਿਆਦਾ ਘੁੰਗਰੂ ਤੇ ਕ੍ਰੋਸਿੰਗ ਹੋ ਰਹੀ ਆ, ਠੀਕ ਆ। ਇਹ ਤਾਂ ਮੋਦੀ ਤੋਂ? ਮੋਦੀ ਤੋਂ ਨਹੀਂ ਹੋਈ ਬਾਈ, ਮੋਦੀ ਤੋਂ ਇੱਕ ਅੱਧੀ ਬੱਕਰੀ ਕਰਾਵਾਂਗੇ, ਤੇ ਹਜੇ ਆਹ ਹੈਗੇ ਨੇ, ਹਜੇ ਕਰਾਉਣੀ ਨਹੀਂ। ਇਹ ਪੁਰਾਣਾ ਹੋਈ ਜਾਊਗਾ, ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ, ਬਾਪੂ ਹੁਣੀ ਕਹਿੰਦੇ, ਜਿੰਨਾ ਬੱਕਰਾ ਪੁਰਾਣਾ ਹੋਈ ਜਾਊਗਾ ਓਨਾ ਰਿਜ਼ਲਟ ਸੁਪਰ ਆਉਂਦਾ। ਤੇ ਇਹ ਪਰਖ ਕੇ ਵੀ ਦੇਖੀਏ ਚੀਜ਼, ਪਿਛਲੀ ਵਾਰ ਥੋੜੇ ਜਿਹੇ ਹਲਕੇ ਆਏ ਸੀ ਬੱਚੇ, ਬਹੁਤ ਸੁਪਰ ਆਏ ਸੀ, ਪਰ ਇਸ ਵਾਰ ਸੁਲਤਾਨ ਉਹਨਾਂ ਦੇ ਬੱਚੇ ਹੋਰ ਵੀ ਸਿਰਾ ਗੱਲਬਾਤ ਹੋਈ ਹੈ, ਬਹੁਤ ਸੋਹਣੇ ਸੋਹਣੇ ਬੱਚੇ ਆਏ ਨੇ। ਬੱਕਰਾ ਦੇਖ ਸਕਦੇ ਬਾਈ ਜੀ, ਹੋਊਗਾ ਮੈਨੂੰ ਲੱਗਦਾ 44 ਇੰਚ ਦਾ ਹੋਊਗਾ, 44-45 ਇੰਚ ਹਾਈਟ ਆ, 44-45 ਇੰਚ ਦਾ, 3 ਸਾਲ ਦਾ ਹੋਇਆ ਮਾਰਚ ਦੇ ਵਿੱਚ ਇਹ, ਹਾਈਟ 1-2 ਇੰਚ ਹੋਰ ਕਰ ਜੂਗਾ। ਪੈਰ ਦਿਖਾ ਦੇ ਬਾਈ, ਦੇ ਸਕਦਾ ਨਾ, ਮੱਝਾਂ ਵਰਗੇ ਪੈਰ ਨੇ, ਪੂਰੇ ਮੋਟੇ। ਹੋਰ ਕੋਈ ਗੱਲਬਾਤ ਬਾਈ? ਹੋ ਬਾ ਵਧੀਆ ਜੀ, ਓਕੇ, ਠੀਕ ਆ ਜੀ। ਮੁਨਾਫਾ ਹੈ ਕਿ ਨਹੀਂ ਹੈ ਯਾਰ? ਬਹੁਤ ਵਧੀਆ ਵੀਰੇ, ਆਪਣਾ ਸਿਸਟਮ ਹੀ ਤੇ ਹਰੇਕ ਨੂੰ ਪੁੱਛਦਾ ਹੁੰਦਾ ਮੈਂ ਵੀ, ਇਹਦੇ ਵਿੱਚ ਮੁਨਾਫਾ ਹੈ ਕਿ ਨਹੀਂ? ਮੁਨਾਫਾ ਵਧੀਆ, ਜੇ ਆਪਾਂ ਸੱਚੇ ਦਿਲੋਂ ਕਰਾਂਗੇ, ਚੋਰੀ ਠੱਗੀ ਨਹੀਂ ਕਰਾਂਗੇ ਇਹ ਨਾਲ, ਤੇ ਵਧੀਆ ਮੁਨਾਫਾ ਬਾਈ। ਮੁਨਾਫਾ ਵਧੀਆ ਹੈ ਨਾ, ਕਿਉਂ ਜੇ ਮੰਨ ਲਾ ਵੀ ਲੰਮਾ ਟਾਈਮ ਚੱਲਣਾ, ਫਿਰ ਸੱਚ ਚੱਲਣਾ ਪੈਣਾ ਬਾਈ,
ਨਹੀਂ ਫਿਰ ਚੋਰੀ ਠੱਗੀ ਕਰਕੇ ਚਾਹੇ ਤੁਹਾਨੂੰ ਬਣਾ ਲਾ। ਸਹੀ ਗੱਲ, ਫਾਰਮ ਚ ਰੱਖ ਕੇ ਫਾਇਦਾ ਕ ਝਾਰ ਕੇ ਫਾਇਦਾ, ਦੋਨੇ ਚੀਜ਼ਾਂ ਦੇ ਬਾਈ। ਮੰਨ ਲਾ ਵੀ ਹੁਣ ਜਿਹਦੇ ਕੋਲ ਚਰਾਂਦ ਹੈਗੀ ਆ ਬਾਹਰ, ਉਹ ਤਾਂ ਚਰਾ ਸਕਦਾ, ਠੀਕ ਆ, ਉਹ ਫਾਇਦਾ ਵਾ, ਠੀਕ ਆ। ਜਿਹਦੇ ਕੋਲ ਹੁਣ ਨਹੀਂ ਹੈਗੀ ਚਰਾਂਦ, ਫਿਰ ਬਾਹਰ ਐਵੇਂ ਇਹਨਾਂ ਨੂੰ ਜਿਹੜੀ ਆ ਨਰਾਸਮੈਂਟ ਕਰਨ ਦਾ ਕੋਈ ਫਾਇਦਾ ਨਹੀਂ, ਫਾਰਮ ਚ ਖੜਾ ਕੇ ਸਾਂਭ ਲਵੇ ਉਹਨੇ। ਜੇ ਬਾਹਰ ਚਰਾ ਹੈਗਾ ਫਿਰ ਲਿਆ, ਠੀਕ ਆ ਜੀ। ਚਲੋ ਠੀਕ ਹੈ ਵੀਰੇ, ਧੰਨਵਾਦ ਕਰਦੇ ਬਾਈ, ਤੁਸੀਂ ਸਾਨੂੰ ਚੰਗੇ ਚੰਗੇ ਬੱਚੇ ਦਿਖਾਏ ਨੇ, ਬੱਕਰੇ ਦਿਖਾਏ ਨੇ। ਠੀਕ ਹੈ ਬਾਈ ਜੀ, ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਠੀਕ ਹੈ ਜੀ, ਅਤੇ ਇੱਕ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਚੈਨਲ ਨੂੰ। ਧੰਨਵਾਦ ਬਾਈ, ਧੰਨਵਾਦ ਧੰਨਵਾਦ।